लेटेस्ट अपडेट सब तो पहला देखने लाई सब्सक्राइब करो चैनल पंजाब ते प्रेस करो बेल आइकन। जांच कमेटी के मुखी नूं बदल दिया गया है। मिशन मुर्दाबाद, मुर्दाबाद, मुर्दाबाद। बीजेपी मुर्दाबाद, मुर्दाबाद, मुर्दाबाद। अकाली दल बादल मुर्दाबाद, मुर्दाबाद, मुर्दाबाद। ਉਹਦੇ ਸਾਥੀਆਂ ਨੂੰ ਉਹਨੇ ਆਪਣੀ ਸੈਂਟਰ ਦੀ ਸਰਕਾਰ ਬੀਜੇਪੀ ਨਾਲ ਮੋਦੀ ਦੇ ਨਾਲ ਰਲ ਕੇ ਔਰ ਪੰਜਾਬ ਸਰਕਾਰ ਦਾ ਸਹਾਰਾ ਲੈ ਕੇ ਤੇ ਉਹਦੀ ਜਿਹੜੀ ਬਦਲੀ ਕਰਵਾ ਦਿੱਤੀ ਆ। ਸਿੱਖ ਸੰਗਤ ਵੱਲੋਂ ਇਹ ਰੋਸ ਪ੍ਰਦਰਸ਼ਨ, ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣੀ ਸਿੱਟ ਤੋਂ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਏ ਜਾਣ ਦੇ ਰੋਸ ਵਜੋਂ ਕੀਤਾ ਜਾ ਰਿਹਾ। ਬਰਗਾੜੀ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਤੋਂ ਇੱਕ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਦੌਰਾਨ ਸਿੱਖ ਸੰਗਤਾਂ ਵੱਲੋਂ ਅਕਾਲੀ ਬੀਜੇਪੀ ਅਤੇ ਇਲੈਕਸ਼ਨ ਕਮਿਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸਿੱਖ ਸੰਗਤ ਨੇ ਮੁੜ ਕੁੰਵਰ ਵਿਜੇ ਪ੍ਰਤਾਪ ਦੀ ਮੁੜ ਤਾਇਨਾਤੀ ਦੀ ਮੰਗ ਕੀਤੀ ਹੈ। ਬਾਦਲ ਦਲ ਅਤੇ ਬੀਜੇਪੀ ਵੱਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਉਹਨਾਂ ਨੂੰ SIT ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਉਹਨਾਂ ਨੂੰ ਪੰਜਾਬ ਤੋਂ ਬਾਹਰ ਦੂਸਰੀ ਸਟੇਟ ਦੇ ਵਿੱਚ ਲਾ ਦਿੱਤਾ ਗਿਆ। ਇਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਰੋਸ ਮਾਰਚ ਕੀਤਾ ਅਤੇ ਚੋਣ ਕਮਿਸ਼ਨ ਵੱਲੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਦੁਬਾਰਾ ਫਿਰ SIT ਦੇ ਵਿੱਚ ਨਿਯੁਕਤੀ ਕੀਤੀ ਜਾਵੇ। ਜੇਕਰ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਜੀ ਨੇ ਇਹ ਕਿਹਾ ਹੈ ਕਿ 12 ਤਰੀਕ ਨੂੰ ਅਸੀਂ ਦਿੱਲੀ ਚੋਣ ਕਮਿਸ਼ਨ ਦੇ ਦਫ਼ਤਰ ਦੇ ਅੱਗੇ ਰੋਸ ਮੁਜ਼ਾਹਰਾ ਕਰਾਂਗੇ ਤਾਂ ਉਹ ਜ਼ਰੂਰ ਕੀਤਾ ਜਾਵੇਗਾ। ਅਤੇ ਦਾਸ ਵੀ ਆਪਣੀ ਜਥੇਬੰਦੀ ਸਮੇਤ ਜਿਸ ਤਰ੍ਹਾਂ ਆਗੂਆਂ ਦਾ ਕਹਿਣਾ ਹੋਵੇਗਾ ਉਸ ਤਰ੍ਹਾਂ ਦਾਖਲਾ ਜਿਹੜਾ ਪ੍ਰੋਗਰਾਮ ਆ ਉਹ ਲਿਆ ਜਾਵੇਗਾ। ਉੱਧਰ ਦੂਸਰੇ ਪਾਸੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਤੇ ਰੋਸ ਜਾਰੀ ਕਰਦਿਆਂ ਮੁੜ ਬਹਾਲੀ ਦੀ ਮੰਗ ਕੀਤੀ ਹੈ। ਉਹਦੇ ਸਾਥੀਆਂ ਨੂੰ ਉਹਨੇ ਆਪਣੀ ਸੈਂਟਰ ਦੀ ਸਰਕਾਰ ਬੀਜੇਪੀ ਨਾਲ ਮੋਦੀ ਦੇ ਨਾਲ ਰਲ ਕੇ ਔਰ ਪੰਜਾਬ ਸਰਕਾਰ ਦਾ ਸਹਾਰਾ ਲੈ ਕੇ ਅਤੇ ਉਹਦੀ ਜਿਹੜੀ ਬਦਲੀ ਕਰਵਾ ਦਿੱਤੀ ਆ, ਜਿਹੜੇ ਕਿ ਬਹੁਤ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਸੀ, ਉਹ ਬਦਲੀ ਨਹੀਂ ਹੋਈ। ਅਸੀਂ ਸਮਝਦੇ ਹਾਂ ਕਿ ਜਿਹੜੇ ਸਿੱਖਾਂ ਦੇ ਜ਼ਖਮ ਹੋਏ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਿੰਘ ਸ਼ਹੀਦ ਹੋਏ ਅਤੇ ਹੋਰ ਬਹੁਤ, ਇਹਨਾਂ ਦੇ ਉੱਤੇ ਜਾਣ ਬੁੱਝ ਕੇ ਨਮਕ ਪਾਇਆ ਗਿਆ, ਲੂਣ ਪਾਇਆ ਗਿਆ। ਕੌਮ ਨੂੰ ਇਹ ਆਸ ਹੈ ਕਿ ਇਹ ਇਨਸਾਫ ਸਾਡਾ ਇੱਥੋਂ ਨਿਕਲ ਸਕਦਾ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਦੀ ਜਿਹੜੀ ਬਦਲੀ ਹੈ ਚੋਣ ਕਮਿਸ਼ਨ ਆ ਉਹਨੂੰ ਫੌਰੀ ਤੌਰ ਦੇ ਉੱਤੇ ਰੱਦ ਕਰੇ ਔਰ ਅਸੀਂ ਇੱਕ ਹਫ਼ਤੇ ਦਾ ਟਾਈਮ ਦਿੰਦੇ ਇੱਕ ਹਫ਼ਤੇ ਦੇ ਵਿੱਚ ਇਹ ਬਦਲੀ ਜਿਹੜੀ ਰੱਦ ਹੋ ਜਾਣੀ ਚਾਹੀਦੀ ਆ। ਨਹੀਂ ਤਾਂ ਅਸੀਂ ਸਾਰੇ ਪੰਥ ਨੂੰ ਇਕੱਠਾ ਕਰਕੇ, ਸਾਰੀਆਂ ਜਥੇਬੰਦੀਆਂ, ਸਾਰੀ ਕੌਮ ਨੂੰ ਇਕੱਠਾ ਕਰਕੇ ਅਸੀਂ ਕੋਈ ਅਗਲਾ ਪ੍ਰੋਗਰਾਮ ਜਿਹੜਾ ਸੰਘਰਸ਼ੀ ਪ੍ਰੋਗਰਾਮ ਜਿਹੜਾ ਉਹ ਦੇਵਾਂਗੇ। ਕੁੰਵਰ ਵਿਜੇ ਪ੍ਰਤਾਪ ਦੇ ਹਟਾਏ ਜਾਣ ਤੋਂ ਬਾਅਦ ਸਿੱਖ ਸੰਗਤ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉੱਥੇ ਸਿਆਸੀ ਗਲਿਆਰਾਂ 'ਚ ਵੀ ਇਹ ਮੁੱਦਾ ਕਾਫੀ ਗਰਮਾਇਆ ਹੋਇਆ। ਜਾਂਚ ਕਮੇਟੀ ਦੇ ਮੁਖੀ ਨੂੰ ਬਦਲ ਦਿੱਤਾ ਗਿਆ ਹੈ। ਮਿਸ਼ਨ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਬੀਜੇਪੀ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਅਕਾਲੀ ਦਲ ਬਾਦਲ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਚੋਣ ਕਮਿਸ਼ਨ ਮੁਰਦਾਬਾਦ। ਬਿਊਰੋ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। It's cool to be Punjabi.